ਅੰਮ੍ਰਿਤਪਾਲ ਦੇ ਬੰਦੇ ਕਹਿ ਰਹੇ ਕਿ ਐਕੀ ਜਮਾਨਤਾਂ ਜ਼ਬਤ ਕਰਾਉਣੀਆਂ, ਜਿੱਤ ਤਾਂ ਅਸੀਂ ਰਹੇ। ਦੇਖੋ ਇਹਦੇ ਦਾਦਾ ਨਾਨਕ ਨੂੰ ਪਤਾ ਦਿਨ ਦੋ ਰਹਿ ਗਏ ਆ, ਇੱਕ ਨੂੰ ਵੋਟਿੰਗ ਆ, ਚਾਰ ਨੂੰ ਕੱਟਾ ਕੱਟੀ ਨਿਕਲਾਉਣਾ। ਜਿਹੜੇ ਕਹਿੰਦੇ ਹੁੰਦੇ ਆ ਨਾ ਉਹ ਕੁਝ ਨਹੀਂ ਕਰਦੇ, ਜੋ ਗਰਜਦੇ ਹੈ ਉਹ ਵਰਛਦੇ ਨਹੀਂ, ਇਹ ਸਿਰਫ ਹਵਾ ਆ। ਫੇਸਬੁੱਕ 'ਤੇ ਇਲੈਕਸ਼ਨ ਲੜਨ ਦੇ, ਫੇਸਬੁੱਕ 'ਤੇ ਰਹਿ ਜਾਣੀ ਆ, ਚਾਰ ਨੂੰ ਤੁਹਾਡੇ ਸਾਹਮਣੇ ਨਾ ਸਾਰਾ ਕੁਝ। ਲੋਕਾਂ ਨੂੰ ਪਤਾ ਜਿਹਦੀ ਸਰਕਾਰ ਆ ਲੋਕ ਉਹਦੇ ਨਾਲ ਜਾਣਗੇ, ਲੋਕਾਂ ਕੰਮ ਲੈਣੇ ਆ। ਲੋਕਾਂ ਨੂੰ ਪਤਾ ਜੇ ਕਿਸੇ ਦਾ ਘਰ ਬਣਨ ਵਾਲਾ, ਜਾਂ ਕਿਸੇ ਦੀ ਸੜਕ ਬਣਨ ਵਾਲੀ ਹੈ, ਜਾਂ ਪਿੰਡਾਂ 'ਚ ਗਰਾਊਂਡਾਂ ਬਣਨ ਵਾਲੀਆਂ, ਜਾਂ ਕਿਸੇ ਕੋਈ ਥਾਂ ਹੈ ਨਹੀਂਗਾ ਪਲਾਟ ਮਿਲਣਾ, ਉਹ ਸਰਕਾਰ ਨੇ ਦੇਣੇ ਆ। ਅਜੇ 2 ਸਾਲ ਸਰਕਾਰ ਨੇ ਕਿ 3 ਸਾਲ ਪਿੱਛੇ ਆ, ਲੋਕ ਸਰਕਾਰ ਨਾਲ ਖੜਨਗੇ। ਬਾਕੀ ਲਾਲਜੀਤ ਭੁੱਲਰ ਨੇ ਵੀ ਪੱਟੀ ਹਲਕੇ ਦੇ ਲੋਕਾਂ ਦਾ ਪੁੱਤ ਬਣ ਕੇ, ਸੇਵਾਦਾਰ ਬਣ ਕੇ ਸੇਵਾ ਕੀਤੀ ਆ, ਲੋਕ ਉਹਦਾ ਮੁੱਲ ਪਾਉਣਗੇ। ਇਹ ਲੋਕ ਜਿਹੜੇ ਕਹਿੰਦੇ ਨਾ ਪੰਥਕ ਹਲਕਾ ਪੰਥਕ ਆ, ਪਰ ਜਿਹੜੇ ਲੋਕ ਆ ਗੁਰਕਾ ਪੰਥਕ ਦਾ ਪਾਈ ਫਿਰਦੇ, ਕੋਈ ਪੰਥਕ ਨਹੀਂ। ਇਹ ਵੋਟਾਂ ਲੈਣ ਨੂੰ ਤੇ ਫੰਡ ਇਕੱਠੇ ਕਰਨ ਨੂੰ ਭੱਜੇ ਫਿਰਦੇ ਸਾਰੇ। ਜਦੋਂ ਹੜ ਆਏ ਆ ਉਦੋਂ ਇਹ ਪੰਥਕ ਕਿੱਥੇ ਰਹੇ? ਪੰਥਕ ਉਹ ਹੁੰਦਾ ਜਿਹਦੀ ਆਤਮਾ ਪੰਥਕ ਹੋਵੇ, ਜਿਹਦੇ ਵਿਚਾਰ, ਜਿਹਦੀ ਸੋਚ ਪੰਥਕ ਹੋਵੇ। ਕਿੰਨੀਆਂ ਸੀਟਾਂ ਪੰਜਾਬ 'ਚ? ਪੰਜਾਬ 'ਚੋਂ 13 ਜਿੱਤਾਂਗੇ। ਜਿਹੜਾ ਮਾਨ ਸਾਹਿਬ ਦਾ ਨਾਰਾ 13-0 ਦਾ, ਆਮ ਆਦਮੀ ਪਾਰਟੀ 13 ਅਤੇ ਬਾਕੀ ਸਾਰੇ 0, ਆਮ ਆਦਮੀ ਪਾਰਟੀ ਅਤੇ ਪੰਜਾਬ ਹੀਰੋ। ਦੇਖੋ ਇਹ ਮੇਰਾ ਸ਼ਹਿਰ ਆ, ਮੇਰਾ ਘਰ ਆ, ਅਤੇ ਜਿਹੜੀ ਇਹ ਇਲੈਕਸ਼ਨ ਹੈ ਨਾ ਪੱਟੀ ਸ਼ਹਿਰ ਦਾ, ਮੈਂ ਜੰਮ ਪਲਿਆ ਇੱਥੇ, ਮੈਂ ਜੰਮਿਆ ਇੱਥੇ ਹੀ, ਮੈਂ ਵੱਡਾ ਆਇਆ ਇੱਥੇ ਹੀ, ਮੈਂ ਪੜ੍ਹਿਆ ਇੱਥੇ ਹੀ, ਮੇਰਾ ਕਾਰੋਬਾਰ ਆ ਇੱਥੇ ਹੀ, ਮੇਰੀ ਖੇਤ, ਮੇਰੇ ਜ਼ਮੀਨ ਖਲਿਆਣ ਸਾਰਾ ਕੁਝ ਇੱਥੇ ਆ। ਅਤੇ ਜਿਹੜੇ ਪੱਟੀ ਸ਼ਹਿਰ ਦੇ ਲੋਕ ਆ ਨਾ ਉਹ ਤਾਂ ਕਹਿ ਲਓ ਵੀ ਮੇਰਾ ਪਰਿਵਾਰ ਆ। ਇਹ ਇਲੈਕਸ਼ਨ ਇਕੱਲੀ ਲਾਲਜੀਤ ਭੁੱਲਰ ਦੀ ਨਹੀਂ, ਇਹ ਇਲੈਕਸ਼ਨ ਪੱਟੀ ਸ਼ਹਿਰ ਦੀ, ਪੱਟੀ ਸ਼ਹਿਰ ਦੇ ਇੱਕ ਇੱਕ ਨੌਜਵਾਨ ਦੀ, ਇੱਕ ਇੱਕ ਬਜ਼ੁਰਗ ਦੀ, ਇੱਕ ਇੱਕ ਮੇਰੀ ਭੈਣ ਦੀ, ਇੱਕ ਇੱਕ ਮੇਰੀ ਮਾਂ ਦੀ, ਇੱਥੋਂ ਤੱਕ ਕਿ ਜਿਹੜੇ ਛੋਟੇ ਬੱਚੇ ਆ ਨਾ ਜਿਹੜੇ ਬਸ ਬੋਲਣ ਲੱਗ ਪਏ ਆ, ਉਹ ਵੀ ਨਾਰਾ ਇਹੋ ਲਾਉਂਦੇ ਲਾਲਜੀਤ ਭੁੱਲਰ ਜਿੰਦਾਬਾਦ। ਉਹ ਬੱਚਿਆਂ ਨੂੰ ਵੀ ਪਤਾ ਵੀ ਸਾਡਾ ਅੰਕਲ ਆ ਲਾਲਜੀਤ ਭੁੱਲਰ, ਸਾਡਾ ਚਾਚੂ ਆ ਲਾਲਜੀਤ ਭੁੱਲਰ, ਸਾਡਾ ਤਾਊ ਆ ਲਾਲਜੀਤ ਭੁੱਲਰ। ਸਾਰਿਆਂ ਨੂੰ ਪਤਾ ਵੀ ਇਹ ਇਲੈਕਸ਼ਨ ਸ਼ਹਿਰ ਦੀ ਆ, ਅਤੇ ਜਿਹੜੀ ਪੱਗ ਆਉਣੀ ਆ ਇਹ ਸ਼ਹਿਰ ਦੇ ਵਿੱਚ ਆਉਣੀ ਆ। ਅੱਗੇ 30 ਸਾਲਾਂ ਬਾਅਦ ਸਾਡੀ MLA-ship ਮੁੜ ਕੇ ਸਾਡੇ ਸ਼ਹਿਰ 'ਚ ਆਈ ਆ। 30 ਸਾਲ ਬਾਹਰਲੇ MLA ਬਣਦੇ ਰਹੇ 1992 ਤੋਂ ਲੈ ਕੇ 2017 ਦਾ ਹੀ, 35 ਸਾਲ MLA-ship ਰਹੀ ਬਾਹਰ ਪੱਟੀ ਹਲਕੇ ਦੇ। 35 ਸਾਲਾਂ ਬਾਅਦ ਪੱਟੀ ਦੇ ਲੋਕਾਂ ਨੇ, ਪੱਟੀ ਹਲਕੇ ਦੇ ਲੋਕਾਂ ਨੇ ਮੁੜ ਕੇ ਲਿਆਂਦੀ, ਅਤੇ ਹੁਣ ਜਿਹੜੀ MP-ship ਆਉਣੀ ਆ ਇਹ ਲੋਕਾਂ ਨੂੰ ਵੀ ਪਤਾ ਵੀ ਪੱਟੀ ਸ਼ਹਿਰ ਤੋਂ ਕਦੀ ਕੋਈ ਮੈਂਬਰ ਪਾਰਲੀਮੈਂਟ ਨਹੀਂ ਬਣਿਆ। ਲੋਕ ਜਿਹਨਾਂ ਕੋਲ ਮੈਂ ਜਾਣਾ ਨਾ, ਭੈਣਾਂ ਭਰਾਵਾਂ ਕੋਲ, ਭਾਵੇਂ ਕੋਈ ਅਕਾਲੀ ਦਲ ਨਾ, ਕੋਈ ਕਾਂਗਰਸ ਨਾ, ਭਾਵੇਂ ਕੋਈ BJP ਨਾ, ਸਾਰੀ ਦੁਨੀਆ ਇਹੋ ਕਹਿੰਦੀ ਆ ਵੀ ਇਹ ਇਲੈਕਸ਼ਨ, ਇਹਦੇ 'ਚ ਕੋਈ ਸਿਆਸਤ ਨਹੀਂ, ਕੋਈ ਪਾਰਟੀ ਨਹੀਂ, ਇਹ ਇਲੈਕਸ਼ਨ ਸਾਡੀ ਸਾਰਿਆਂ ਦੀ ਆਪਦੀ ਆ। ਅਸੀਂ ਭਾਵੇਂ ਕਿਸੇ ਪਾਰਟੀ ਨਾਲ ਜੁੜੇ ਹੀ, ਅਸੀਂ ਵੋਟ ਝਾੜੂ ਨੂੰ, ਲਾਲਜੀਤ ਭੁੱਲਰ ਨੂੰ ਕਰਨੀ ਹੈ। ਕਿੰਨੀਆਂ ਸੀਟਾਂ ਪੰਜਾਬ 'ਚ? ਪੰਜਾਬ 'ਚੋਂ 13 ਜਿੱਤਾਂਗੇ। ਜਿਹੜਾ ਮਾਨ ਸਾਹਿਬ ਦਾ ਨਾਰਾ 13-0 ਦਾ, ਆਮ ਆਦਮੀ ਪਾਰਟੀ 13 ਅਤੇ ਬਾਕੀ ਸਾਰੇ 0, ਆਮ ਆਦਮੀ ਪਾਰਟੀ ਅਤੇ ਪੰਜਾਬ ਹੀਰੋ। ਪਰ ਅੰਮ੍ਰਿਤਪਾਲ ਦੇ ਬੰਦੇ ਕਹਿ ਰਹੇ ਕਿ ਐਕੀ ਜਮਾਨਤਾਂ ਜ਼ਬਤ ਕਰਾਉਣੀਆਂ, ਜਿੱਤ ਤਾਂ ਅਸੀਂ ਰਹੇ। ਦੇਖੋ ਇਹਦੇ ਦਾਦਾ ਨਾਨਕ ਨੂੰ ਪਤਾ ਦਿਨ ਦੋ ਰਹਿ ਗਏ ਆ, ਇੱਕ ਨੂੰ ਵੋਟਿੰਗ ਆ, ਚਾਰ ਨੂੰ ਕੱਟਾ ਕੱਟੀ ਨਿਕਲਾਉਣਾ। ਜਿਹੜੇ ਕਹਿੰਦੇ ਹੁੰਦੇ ਆ ਨਾ ਉਹ ਕੁਝ ਨਹੀਂ ਕਰਦੇ, ਜੋ ਗਰਜਦੇ ਹੈ ਉਹ ਵਰਛਦੇ ਨਹੀਂ, ਇਹ ਸਿਰਫ ਹਵਾ ਆ। ਫੇਸਬੁੱਕ 'ਤੇ ਇਲੈਕਸ਼ਨ ਲੜਨ ਦੇ, ਫੇਸਬੁੱਕ 'ਤੇ ਰਹਿ ਜਾਣੀ ਆ, ਚਾਰ ਨੂੰ ਤੁਹਾਡੇ ਸਾਹਮਣੇ ਨਾ ਸਾਰਾ ਕੁਝ। ਲੋਕ ਬੜੇ ਸਮਝਦਾਰ ਆ, ਲੋਕਾਂ ਨੂੰ ਪਤਾ ਜਿਹਦੀ ਸਰਕਾਰ ਆ ਲੋਕ ਉਹਦੇ ਨਾਲ ਜਾਣਗੇ, ਲੋਕਾਂ ਕੰਮ ਲੈਣੇ ਆ। ਲੋਕਾਂ ਨੂੰ ਪਤਾ ਜੇ ਕਿਸੇ ਦਾ ਘਰ ਬਣਨ ਵਾਲਾ, ਜਾਂ ਕਿਸੇ ਦੀ ਸੜਕ ਬਣਨ ਵਾਲੀ ਹੈ, ਜਾਂ ਪਿੰਡਾਂ 'ਚ ਗਰਾਊਂਡਾਂ ਬਣਨ ਵਾਲੀਆਂ, ਜਾਂ ਕਿਸੇ ਕੋਈ ਥਾਂ ਹੈ ਨਹੀਂਗਾ
ਪਲਾਟ ਮਿਲਣਾ ਉਹ ਸਰਕਾਰ ਨੇ ਦੇਣੇ ਆ। ਅਜੇ 2 ਸਾਲ ਸਰਕਾਰ ਨੇ ਕਿ 3 ਸਾਲ ਪਿੱਛੇ ਆ, ਲੋਕ ਸਰਕਾਰ ਨਾਲ ਖੜਨਗੇ। ਬਾਕੀ ਲਾਲਜੀਤ ਭੁੱਲਰ ਨੇ ਵੀ ਪੱਟੀ ਹਲਕੇ ਦੇ ਲੋਕਾਂ ਦਾ ਪੁੱਤ ਬਣ ਕੇ ਸੇਵਾਦਾਰ ਬਣ ਕੇ ਸੇਵਾ ਕੀਤੀ ਆ, ਲੋਕ ਉਹਦਾ ਮੁੱਲ ਪਾਉਣਗੇ। ਇੱਕ ਹੋਰ, ਇਹ ਲੋਕ ਜਿਹੜੇ ਕਹਿੰਦੇ ਨਾ ਪੰਥਕ ਹਲਕਾ ਪੰਥਕ ਆ, ਪਰ ਜਿਹੜੇ ਇਹ ਲੋਕ ਆ ਗੁਰਕਾ ਪੰਥਕ ਦਾ ਪਾਈ ਫਿਰਦੇ, ਕੋਈ ਪੰਥਕ ਨਹੀਂ। ਇਹ ਵੋਟਾਂ ਲੈਣ ਨੂੰ ਤੇ ਫੰਡ ਇਕੱਠੇ ਕਰਨ ਨੂੰ ਭੱਜੇ ਫਿਰਦੇ ਸਾਰੇ। ਜਦੋਂ ਹੜ ਆਏ ਆ ਉਦੋਂ ਇਹ ਪੰਥਕ ਕਿੱਥੇ ਰਹੇ? ਪੰਥਕ ਉਹ ਹੁੰਦਾ ਜਿਹਦੀ ਆਤਮਾ ਪੰਥਕ ਹੋਵੇ, ਜਿਹਦੇ ਵਿਚਾਰ, ਜਿਹਦੀ ਸੋਚ ਪੰਥਕ ਹੋਵੇ। ਆਹ ਦਾਸ ਜਿੰਨੇ ਯੋਗਾ ਹੈਗਾ ਸੀ, 8 ਮਹੀਨੇ ਪਹਿਲਾਂ ਹੜਾਂ ਦੇ ਦੌਰਾਨ ਬੰਨ ਤੇ ਰਿਹਾ, ਜੋ ਲੋਕਾਂ ਨੂੰ ਲੋੜਾਂ ਸੀ ਆਪਦੀ ਨਿੱਜੀ ਕਮਾਈ 'ਚੋਂ, ਆਪਦੀ ਜੇਬ 'ਚੋਂ ਲੋਕਾਂ ਦੀਆਂ ਪੂਰੀਆਂ ਕੀਤੀਆਂ, ਅਹਿਸਾਨ ਵੀ ਨਹੀਂ ਕੀਤਾ। ਸੰਗਤ ਨੇ ਮੈਨੂੰ ਵੋਟਾਂ ਪਾਈਆਂ, ਮੈਨੂੰ ਸੇਵਾ ਬਖਸ਼ੀ, ਅਤੇ ਮੇਰਾ ਫਰਜ਼ ਬਣਦਾ। ਪਰ ਉਹ ਤਾਂ ਸਾਡੀ ਪਾਰਟੀ ਜਿਹੜੇ ਆਮ ਆਦਮੀ ਪਾਰਟੀ ਨਾਲ ਜਾਂ ਦੂਜੀਆਂ ਪਾਰਟੀਆਂ ਨਾਲ ਤੁਰੇ ਜਾਂਦੇ ਨਾ, ਉਹ ਕਹਿੰਦੇ ਇਹਨਾਂ ਦੇ ਪੱਗਾਂ 'ਚ ਸਿਰ ਵਸਾਏ, ਇਹਨਾਂ ਦਾ ਤਾਂ ਸਿੱਖੀ ਨਾਲ ਲੈਣਾ ਦੇਣਾ ਕੱਖ ਨਹੀਂ ਗਾ, ਉਹ ਤਾਂ ਸਿੱਖ ਵੀ ਮੰਨਦੇ ਸਾਨੂੰ। ਇਹ ਤਾਂ ਕਹਿਣ ਦੀਆਂ ਗੱਲਾਂ, ਇਹ ਜਦੋਂ ਹੜ ਆਏ ਉਦੋਂ ਕਿੱਥੇ ਰਹੇ? ਇਹਨਾਂ ਨੂੰ ਇੰਨਾ ਕੁ ਸਵਾਲ ਤੁਸੀਂ ਵੀ ਕਰਿਆ ਕਰੋ ਨਾ, ਜਦੋਂ ਹੜ ਆਏ ਸੀ ਤੁਸੀਂ ਬੱਬਰ ਸ਼ੇਰੋ ਪਖਾਣ ਲਿਓ ਕਿੱਥੇ ਰਹੇ ਜੇ? ਗੱਲ ਤੇ ਆ, ਇਹ ਜਿਹੜਾ ਗੁਰਕਾ ਪਾਈ ਫਿਰਦੇ ਆ ਪੰਥਕ ਹੋਣ ਦਾ, ਇਹ ਸਾਡੇ ਭਰਾ ਹੀ ਨੇ ਉਤਰਾ। ਪਰ ਗੱਲ ਇਹ ਆ, ਕਿਤੇ ਹਾਏ ਦਾਜ ਦੇ ਵੇਲੇ ਕਿਸੇ ਦੇ ਕੰਮ ਤੇ ਆਉਣ, ਕਿਸੇ ਦੇ ਕੰਮ ਤੇ ਆਉਣ ਸਾਡੇ ਭਰਾ। ਗੱਲ ਹੁਣ ਸੁੱਚਾ ਹੋਣ ਲਗਾ ਵੀ ਪੰਥਕ ਹੀ ਆ, ਇਹ ਆਪਣੇ ਆਪ ਨੂੰ ਪੰਥਕ ਕਹਿੰਦੇ, ਸੁੱਚਾ ਹੋਣ ਲਗਾ ਵੀ ਪੰਥਕ ਆ। ਜਿੰਨੇ ਮੁੱਦੇ ਆ, ਸਭ ਤੋਂ ਵੱਡਾ ਮੁੱਦਾ ਤੇ ਆ ਵੀ ਵੱਡੀ ਲੋੜ ਆ ਇੱਥੇ ਇੰਡਸਟਰੀ ਦੀ, ਇੰਡਸਟਰੀ ਲੈ ਕੇ ਆਵਾਂਗੇ, ਸਾਡੇ ਬੰਨ ਕਮਜ਼ੋਰ ਨੇ, ਬੰਨ ਬਣਾਵਾਂਗੇ। ਅਤੇ ਹੋਰ ਇੱਥੇ ਸਾਡੀ ਸੇਰੋਂ ਮੇਲ ਚੱਲਣ ਵਾਲੀ ਆ, ਸੇਰੋਂ ਮੇਲ ਚਲਾਵਾਂਗੇ ਤਾਂ ਜੋ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ। ਧੰਨਵਾਦ ਆਮ ਆਦਮੀ ਪਾਰਟੀ ਤੋਂ ਲਾਲਜੀਤ ਸਿੰਘ ਭੁੱਲਰ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਔਰ ਉਹਨਾਂ ਨੇ ਆਪਣੇ ਮੁੱਦੇ ਦੱਸੇ ਨੇ, ਨਾਲ ਦੀ ਨਾਲ ਉਹਨਾਂ ਨੇ ਮੁੱਦਿਆਂ 'ਤੇ ਵੀ ਗੱਲਬਾਤ ਕੀਤੀ। ਸਾਡੇ ਨਾਲ ਜੁੜੇ ਹੋ, ਸਾਡੇ ਨਾਲ ਸੁਣਨ, ਆਪ ਨੂੰ ਵੀ ਧੰਨਵਾਦ।